ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ ਅੱਜ ਦੀ ਵੀਡੀਓ ਪਿੰਡ ਭੇਖਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਘਾ ਪੁਰਾਣਾ ਪੈਂਦੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਫੋਨ ਨੰਬਰ 98145401968। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਾਇਜ਼ ਜੇ ਭਾਅ ਦੀਆਂ ਸੀਲ ਸਾਊ 3 ਵਹਿੜਾਂ ਵਿਖਾਉਣੀਆਂ। ਇੱਕ ਤਾਂ ਆਹ ਜਿਹੜੀ ਤੁਸੀਂ ਸਕਰੀਨ 'ਤੇ ਵੇਖ ਰਹੇ ਹਾਂ, ਬਾਈ ਲੇਵੇ 'ਤੇ ਹੱਥ ਮਾਰੀ ਜਾਂਦਾ, ਅਤੇ ਦੋ ਇੱਧਰ ਗੱਬਣ ਬੱਛੀਆਂ ਚੈੱਕ ਪਾਸ ਨਵਾਂ ਹਾਣ ਵਿਹੜਾ। ਇਨਫੋਰਮੇਸ਼ਨ ਲੈ ਦਿੰਦਾ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ, ਨਾਮ ਅਤੇ ਐਡਰੈਸ ਦੱਸ। ਨਾਮ ਕੁਲਜੀਤ ਸਿੰਘ ਜੀ, ਪਿੰਡ ਭੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ। ਫੋਨ ਨੰਬਰ ਦੱਸ ਜੀ। 98144486। ਇੱਕ ਵਾਰੀ ਫੇਰ ਦੱਸ ਜੀ। 98144486। ਬਾਈ 3 ਪਸ਼ੂ ਵਿਕਾਊ? ਹਾਂ 3 ਵਿਕਾਊ ਆ ਜੀ, ਉਹ ਚੈੱਕ ਪਾਸ ਆ ਆਪਣੀ, ਜਦੋਂ ਚੈੱਕ ਕਰਾਈਆਂ ਵੀਡੀਓ ਵੀ ਬਣਾਈ ਹੋਈ ਆ ਜੀ। ਠੀਕ ਹੈ, ਮੋਬਾਈਲ ਤੇ ਡਾਕਟਰ ਤੋਂ, ਬਾਕੀ ਫੇਰ ਵੀ ਆਪਦਾ ਜੀ ਨੇ ਲੈ ਜਾਣੀਆਂ ਵੀ ਡਾਕਟਰ ਨਾਲ ਲਿਆ ਦੇ, ਆਪਣੀ ਗਰੰਟੀ ਆਪਣੇ ਘਰ ਦੋ ਗਈ ਆ। ਸਹੀ ਆ। ਹਾਂ, ਬਾਕੀ ਆਪਾਂ ਵੀ ਵਾਰ ਵਾਰ ਹੱਥ ਨਾ ਪਾਉਣਾ ਪਵੇ, ਜੇ ਕਿਸੇ ਨੂੰ ਯਕੀਨ ਆ ਤਾਂ ਡਾਕਟਰ ਦੀ ਵੀਡੀਓ ਬਣਾਈ ਹੋਈ ਆ। ਸਹੀ, ਜਿਹਦੇ ਘਰੋਂ ਲਈਆਂ ਉਹਨਾਂ ਦੇ ਕੋਲ ਹੀ ਕਰਵਾਈਆਂ ਚੈੱਕ। ਠੀਕ ਹੈ, ਕਿਹੜੇ ਪਾਸੋਂ ਲੱਗੀ ਪਹਿਲਾਂ? ਆ ਜਾਓ ਜੀ, ਬੱਚੀਆਂ ਨੂੰ ਹੀ ਲੱਗ ਜਾਂਦੇ ਆ। ਕਿੰਨੇ ਚਿਰ ਦੀ ਗੱਭਣ ਇੱਕ ਨੰਬਰ ਬੱਚੀ? ਇਹ ਬਾਈ ਜੀ ਅੱਜ ਇਹਨੂੰ 2.5 ਮਹੀਨੇ ਹੋ ਗਏ ਆ। ਠੀਕ ਹੈ ਜੀ। ਜਾਣੀ ਇਹ ਸੁਣਦੀ ਆ 15 ਮਾਰਚ ਨੂੰ। 15 ਮਾਰਚ ਨੂੰ ਇਹਨੇ ਸੁਣਾ ਵਾ, 2.5 ਮਹੀਨਿਆਂ ਦੀ ਚੈੱਕ ਪਾਸ ਆ। ਸਹੀ ਹੈ। ਜਾਣੀ ਜੀ 2 ਮਹੀਨੇ ਦੀ ਕਰ ਦਿੰਦੇ ਆ, ਪਰ ਇਹ 2.5 ਮਹੀਨਿਆਂ ਦੀ, 2 ਮਹੀਨਿਆਂ ਤੋਂ ਡਾਕਟਰ ਨੇ ਵੱਧ ਕਿਹਾ ਸੀ, 10-12 ਦਿਨ ਤਾਂ ਦੱਸੇ ਹੀ ਨਹੀਂ ਜਾਂਦੇ ਹੁੰਦੇ ਡਾਕਟਰ ਤੋਂ ਵੀ। 2.5 ਮਹੀਨਿਆਂ ਦੀ ਜਿਹੜੀ ਉਹਨਾਂ ਦੀ ਡੇਟ ਮੁਤਾਬਕ ਉਹ 3.5 ਮਹੀਨੇ। ਕਿੰਨੇ ਦੀ ਬਾਈ ਜਾਇਜ਼ ਮੁੱਲ? ਵੀਰੇ ਇਹ ਜੋੜਾ ਹੀ ਦੇਣਾ ਯਾਰ, ਬੁੜੀ ਨੇ ਕਿਹਾ ਸੀਗਾ ਇਕੱਠੇ ਰੱਖਣਾ, ਇਹਦਾ ਮੰਗਲਵਾਰ ਦਾ ਜਨਮ ਕਰਕੇ ਇਹਦਾ ਨਾ ਮੰਗੋ ਆ, ਇਹਦਾ ਵੀਰਵਾਰ ਦਾ, ਇਹਦਾ ਨਾ ਵੀਰੂ ਰੱਖਿਆ ਸੀ। ਠੀਕ ਹੈ। ਉਹਨੇ ਮੇਰੇ ਕੋਲ ਰਿਕੁਐਸਟ ਕੀਤੀ ਸੀ, ਕਹਿੰਦੇ ਸੀ ਇਕੱਠੀਆਂ ਹੀ ਆਪਾਂ ਦੇਣੀਆਂ ਬੱਚਿਆਂ। ਠੀਕ ਹੈ। ਦੋਨੇ ਕਿੱਥੇ ਘਰੇ ਜਾਣੇ, ਜੀਵ ਨਹੀਂ ਲਾਉਂਦੀਆਂ ਜੇ ਇਕੱਠੇ ਬੰਨਗੇ ਤਾਂ ਪੱਠੇ ਖਾਂਦੀਆਂ ਇਹ। ਅੱਛਾ, ਠੀਕ ਹੈ। ਸੀਲ ਠੰਡਗਾ ਬਹੁਤ ਆ। ਹਾਂ, ਸੀਲ ਸਾਊ ਬਹੁਤ ਆ। ਕੱਲਾ ਕੱਲਾ ਥਾਣ ਲੱਗਾ ਜੀ, ਕੋਈ ਐ ਨੀਗਾ। ਸਹੀ ਹੈ ਵੀ, ਐ ਮੋਟੇ ਥਾਣ ਆ ਤੇ ਮੂੰਹ ਵੀ ਹਜੇ ਜੀ ਦੋਨ ਦੇ ਦੰਦ ਚੱਕਦੇ ਨਹੀਂ ਦੋਨੇ। ਠੀਕ ਆ। ਕਿੰਨੇ ਦਾ ਜੋੜਾ ਬਾਈ? ਇਹ ਜੋੜਾ ਬਾਈ ਆਪਾਂ ਦੇ ਦਿਆਂਗੇ 75,000 ਰੁਪਈਆ। ਸਹੀ ਹੈ ਜੀ। ਜਵਾਂ ਜਾਇਜ਼, ਕਿਉਂਕਿ ਇਹ 32-33 ਕਿਲੋ ਦੁੱਧ ਤੋਂ ਸਟਾਰਟਿੰਗ ਹੁੰਦੀ ਹੈ ਇਹਨਾਂ ਦੀ ਜੀ। ਅੱਛਾ ਜੀ। ਵਾਲੀਆਂ ਬੱਚੀਆਂ ਇਹ ਕਿਹੜਾ ਵੀ ਨਾਰਮਲ ਹੈ, ਇਹ ਹੈਗੀਆਂ ਜੀ ਡੈਨਮਾਰਕ ਵਾਲੇ ਦੇ ਅੰਦਰ ਸੀਮਨ 40-16 ਦੇ ਮਾਪੇ ਜਿਹੜੀਆਂ ਇਹਨਾਂ ਦੀਆਂ ਮਾਵਾਂ ਦਾ ਉਹਨਾਂ ਦਾ ਰਿਕਾਰਡ ਹੈ ਨਹੀਂ ਸੀ ਉਹਦੇ ਸਾਡੇ ਕੋਲ, ਜਿਹੜਾ ਮਾਲਕਾਂ ਨੇ ਦੱਸਿਆ ਵਾ ਤੇ, ਪਰ ਆਪਾਂ ਇਹਨਾਂ ਦੇ ਐਂ ਨੇ ਵੀ ਬੱਚਾ ਜਿਹੜਾ ਬੱਚੀ ਉਹਨਾਂ ਨੇ ਸੀਮਨ ਵੀ 60-60 ਕਿਹਾ ਸਾਨੂੰ ਭਰਾਏ ਆ। ਠੀਕ ਹੈ ਜੀ। ਪਰ ਉਹਨਾਂ ਦੇ ਸਾਨੂੰ ਉਹਨਾਂ ਨੇ ਦਿੱਤੇ ਨਹੀਂ ਗੇ ਸਟਰਾ, ਐਂ ਕਿਸੇ ਦੇ ਘਰੇ ਬੱਚਾ ਦੇ ਜੇ ਆਪਾਂ ਉਹ ਚੀਜ਼ ਦੀ ਗਰੰਟੀ ਨਹੀਂ ਲੈਂਦੇ, ਪਰ ਉਹਨਾਂ ਨੇ ਜਿਹੜੇ ਦੱਸ, ਕਿਉਂਕਿ ਉਹਨਾਂ ਨੇ ਭਰਾਈ ਹੋਣਗੇ ਜੀ ਚੀਜ਼ਾਂ ਚੰਗੀਆਂ ਦੋਨੇ, ਬਾਕੀ ਤੁਹਾਨੂੰ ਦੱਸ ਦੇਣੇ ਆ ਵੇਖ ਲਓ। ਸਹੀ ਆ। ਫੇਸ ਕੁਆਲਿਟੀ ਨੂੰ ਜੋੜਾ 75 ਦਾ ਬਾਈ? ਹਾਂਜੀ, 75 ਦਾ, ਬਸ ਮਾੜਾ ਮੋਟਾ ਮਾਣ ਤਾਣ ਦੱਸ ਦਿਆ। 75,000 ਚੋਂ ਬਾਈ ਕਹਿੰਦਾ ਥੋੜਾ ਘਣਾ ਮਾਣ ਤਾਣ ਹੋ ਜਾਊਗਾ, ਬਾਕੀ ਸੋਨਾ ਵਾ ਦੋ ਜੀ ਜਦੋਂ ਦੁੱਧ ਜਮਾ ਖਤਮ ਹੋ ਜਾਣਾ। ਸਹੀ ਆ। ਤੇ ਫਰਵਰੀ ਚ ਤੇ ਮਾਰਚ ਚ ਸੋਨਾ, ਦੋਸਤੋ ਫਰਵਰੀ ਜਾਂ ਮਾਰਚ ਦੇ ਮਹੀਨਿਆਂ ਚ ਇਹ ਸੁੰਦੀਆਂ 75,000 ਦੀ ਜੋੜੀ ਦੇ ਦੇਣੀ ਆ। ਆ 2.5 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ, ਫਾਰਮ ਚੋਂ ਬਾਈ ਦੱਸਦਾ ਜੋੜੀ ਲਈ ਆ। ਬਾਈ ਦੱਸਦਾ ਕਿ ਰਿਕੁਐਸਟ ਹੀ ਆ ਵਾ, ਬਾਈ ਕਹਿੰਦਾ ਉਹਨਾਂ ਭੈਣ ਭਰਾਵਾਂ ਨੂੰ ਦੇਣੀਆਂ ਜਿਹੜਾ ਕੋਈ ਜੋੜਾ ਲੈ ਲਿਜਾਣ ਦਾ ਚਾਹਵਾਨ ਹੋਵੇ। ਥਣ ਮੋਟੇ ਆ, ਆਦੀ ਚਵਾਈ ਵਾਲੇ ਗੁਲਾਬੀ ਕੈਬ 'ਚ ਲੱਗੇ ਹੋਏ ਆ, ਗੱਬਣ ਚੈੱਕ ਪਾਸ ਆ। ਬਾਈ ਕਹਿੰਦਾ ਜਦੋਂ ਮੈਂ ਚੈੱਕ ਕਰਾਈਆਂ ਵੀਡੀਓ ਬਣਾ ਲਈ ਸੀਗੀ, ਅਤੇ ਜੇ ਕੋਈ ਭੈਣ ਭਰਾ ਵੀਡੀਓ ਵੇਖ ਕੇ ਅਗਲਾ ਯਕੀਨ ਕਰ ਲੈਂਦਾ ਤਾਂ ਵੀਡੀਓ ਵੇਖ ਕੇ ਅਗਲਾ ਲਿਜਾ ਸਕਦਾ, ਅਤੇ ਨਹੀਂ ਫਿਰ ਬਾਈ ਕਹਿੰਦਾ ਅਗਲਾ ਆਪਦਾ ਡਾਕਟਰ ਲਿਆਵੇ, ਆਪਦੀਆਂ ਚੈੱਕ ਕਰਾ ਕੇ ਲੈ ਜੇ। ਸਾਡੇ ਵੱਲੋਂ 120% ਗੱਬਣ ਚੈੱਕ ਪਾਸ ਹੈ। ਆ 3.5 ਮਹੀਨਿਆਂ ਦੀ ਹੈ ਜੀ। ਠੀਕ ਹੈ ਜੀ। ਹਾਂ, ਇਹਨੇ ਜਾਣੀ ਦੀ ਆਪਣੇ ਫਰਵਰੀ 'ਚ 15 ਫਰਵਰੀ ਨੂੰ ਸੁਪਣਾ। ਠੀਕ ਹੈ ਜੀ। ਦੋਸਤੋ 1 ਨੰਬਰ 2.5 ਮਹੀਨਿਆਂ ਦੀ, 2 ਨੰਬਰ 3.5 ਮਹੀਨਿਆਂ ਦੀ, ਦੋਵਾਂ ਦੇ ਡੈਨਮਾਰਕ ਸੀਵਨ ਲੱਗੇ ਆ, ਸੈਕਸਡ ਸੀਵਨ ਲੱਗੇ ਆ। ਬਾਈ ਦੱਸਦਾ ਜੀ ਤੋਂ ਪ੍ਰੈਗਨੈਂਟ ਹੈ, ਵਜਨ ਵੁਜਨ ਬਹੁਤ ਆ। ਬਾਈ ਕਹਿੰਦਾ ਸਾਈਲੇਜ ਵਰਤਦੀ ਸੀ ਲਗਭਗ, ਫਾਰਮ ਵਾਲੇ ਤਾਂ ਸਾਰੇ ਭੈਣ ਭਰਾ ਸਾਈਲੇਜ ਵਰਤਦੇ ਹੀ ਆ, ਖੁੱਲ੍ਹਾ ਹੀ
ਸਾਇਲੇ ਹੀ ਹੁੰਦਾ। ਤੁਸੀਂ ਨਿਸ਼ਾਨ ਵੀ ਕੋਈ ਧਲਿਆਰੇ ਦਾ ਦਿਖਾ ਦੇ। ਠੀਕ ਹੈ, ਸਿਰ ਰੱਸਿਆਂ ਦੀ ਔਲ ਕਰ ਦੇਣਾ, ਧਲਿਆਰੇ ਦਾ ਨਾ ਸੰਗਲ ਦਾ ਤੈਨੂੰ ਦੱਸ ਹੀ ਜਾਂਦਾ ਵੀਡੀਓ। ਆ ਤੁਸੀਂ ਦੇਖ ਸਕਦੇ ਆ ਕੋਈ ਸੰਗਲ ਦਾ ਨਿਸ਼ਾਨ ਨਹੀਂ, ਤਾਂ ਹੀ ਉਹ ਛੜੱਪਾ ਜਿਹਾ ਵੀ ਤਾਂ ਹੀ ਮਾਰਦੀਆਂ ਜੀ ਧਲਿਆਰੇ ਦੀ ਔਲ ਕਰ। ਫਾਰਮ 'ਚ ਬਾਈ ਦੱਸਦਾ ਲਈਆਂ ਜੋੜਾ ਮਸਤੀ ਕਰਦੀਆਂ, ਇੱਕ ਨੰਬਰ ਢਾਈਆਂ ਦੀ ਗੱਭਣ ਚੈੱਕ ਪਾਸ ਆ ਫੁੱਲ ਵਜਨ ਵਾਲੀ ਆ, ਦੋਵੇਂ ਦੋਨ ਦੇ ਦੰਦ ਚੱਕਦੀਆਂ ਬਾਈ ਕਹਿੰਦਾ, ਹਜੇ ਚੱਕਣੇ ਸਟਾਰਟ ਕੀਤੇ ਆ, 75,000 ਦਾ ਬਾਈ ਕਹਿੰਦਾ ਜੋੜਾ ਦੇ ਦੇਣਾ ਜੇ ਕੋਈ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ, ਟੌਪ ਦੀਆਂ ਵਹਿੜਾਂ ਤਿਆਰ ਹੋ ਜਾਣਗੀਆਂ ਦਿਨਾਂ 'ਤੇ ਤਿਆਰ ਹੋ ਕੇ। ਥਾਣੇ ਇਹਦੇ ਵੀ ਮੋਟੇ ਫੋਟ ਛਾਂ ਕਿਸੇ ਦੇ ਭੋਰਾ ਵੀ ਨਹੀਂ, ਮਹਿੰਗਾਈ ਵੱਧਦੀ ਜਾਂਦੀ ਆ, ਸਵਾ ਸਵਾ ਲੱਖ ਦੀਆਂ ਤਿਆਰ ਹੋਈਆਂ ਭੈਣਾਂ ਬਾਈ ਕਹਿੰਦਾ। ਲਾ ਤਿੰਨ ਨੰਬਰ ਤੇ ਆ ਜਾਈਏ ਬਾਈ, ਦੂਜੇ ਸੂਏ ਆ ਕਿਹਾ ਉਹਨਾਂ ਨੇ, ਇਹਨੂੰ ਵੀ ਤੀਜਾ ਮੰਨ ਲਿਆ ਆਪਣੇ ਲੋ। ਠੀਕ ਹੈ, ਆ ਇੱਕ ਛੋਟੀ ਸ਼ਰੰਗਾ ਵਿਚਾਲੇ ਚੱਲਦੀ, ਉਸ ਤੇ ਇੱਕ ਬੁੱਬੀ ਜੀ ਆ, ਉਹ ਵੀ ਪਤਾ ਲੱਗਦਾ ਉਹ YouTube ਤੇ ਵੀ ਚੱਲਣ ਵਾਲੀ ਨਹੀਂ ਇਹ। ਹਾਂ ਛੋਟੀ ਜੀ ਆ, ਪਰ ਇਹਦੇ ਤੇ ਕੋਈ ਰਬੜ ਚੜਾ ਦੇ ਟੁੱਟ ਵੱਡੀ ਵੀ ਜਾਊਗੀ, ਪਰ ਆਪਾਂ ਜਿਵੇਂ ਆ ਜਿਵੇਂ ਚੀਜ਼ ਆ ਠੰਡੀ ਸੀਲ ਬਾਤ ਫਰ ਗਈ ਆ ਬਾਈ ਇਹ। ਤੇ ਇਹਦੇ 'ਚ ਦੇਣਾ ਚ ਰਹਿੰਦੇ 13 ਤਰੀਕ ਮੁਤਾਬਕ, 13 ਦੋ ਚਾਰ ਦਿਨ ਉੱਤੇ ਵੀ ਲੈ ਸਕਦਾ। ਦੁੱਧ ਦੇਊਗੀ 18 ਕਿਲੋ, ਉਹਨਾਂ ਨੇ ਤਾਂ 20 ਕਿਲੋ ਕਿਹਾ, ਆਪਾਂ 2 ਕਿਲੋ ਘੱਟ ਹੀ ਦੱਸਦੇ ਹਾਂ, ਬਾਕੀ ਤੁਹਾਨੂੰ ਗਾਂ ਦੱਸਦੀ ਹੋਊਗੀ। ਇਹਦਾ ਦੇਣ ਲੈਣ 57,000 ਰੁਪਇਆ ਜਮ੍ਹਾਂ ਜਾਇਜ਼ ਨਹੀਂ ਸਾਡਾ। ਸਹੀ ਹੈ, ਕਿਉਂਕਿ ਇਹਦੀ ਫੈਟ ਵੀ ਹੋਊਗੀ ਤੇ ਦੁੱਧ ਵੀ ਦੇਊਗਾ, ਬਾਕੀ ਲੇਵੇ ਦੀ ਧਿਆਨ ਦੱਸ ਦਿੰਦੀ ਹੁੰਦੀ ਜੀ। ਦੋਸਤੋ ਵਲ ਢਿੱਲਾਂ ਬਹੁਤ ਪਈਆਂ, ਵੀਰ ਕਹਿੰਦਾ ਜਿਨ੍ਹਾਂ ਤੋਂ ਆਪਾਂ ਲਈ ਉਹ ਤਾਂ ਦੱਸਦੇ ਆ ਕਿ 20 ਕਿਲੋ ਦੁੱਧ ਦੀ ਗਰੰਟੀ ਆ, ਪਰ ਬਾਈ ਕਹਿੰਦਾ ਆਪਾਂ 2 ਕਿਲੋ ਘੱਟ ਹੀ ਕਹਾਂਗੇ, 18 ਕਿਲੋ ਖੁੱਲ੍ਹਾ ਦੁੱਧ ਪਿਆਜੂ, ਝੋਲ ਵਾਲੀ ਵੱਛੀ ਲੇਵਾ ਲਾਊ ਬਹੁਤ, ਹਵਾਨੇ ਦੇ 4 ਚੁਫੇਰੇ ਵਲ ਢਿੱਲਾਂ ਪਈਆਂ ਬਹੁਤ, ਸਾਰੀ ਵਲ ਢਿੱਲ ਕੱਢ ਕੇ ਸੂਣਾ ਕਰਮ ਵਾਲੀ ਨੇ, ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ, ਥਣ ਪੂਰਾ ਚੰਗਾ ਮੁੱਠੀ ਵਾਲਾ ਹੱਦੀ ਚਵਾਈ ਵਾਲਾ ਗੁਲਾਬੀ ਥਣ ਆ, ਗੈਪ 'ਚ ਲੱਗੇ ਹੋਏ ਆ। ਦੋਸਤੋ ਥਣ ਭਾਂਡੇ ਦੀ ਸਾਫ਼ ਸੁਥਰੀ ਆ, ਜਿਨ੍ਹਾਂ ਤੋਂ ਲਈ ਆ ਉਹ ਬਾਈ ਕਹਿੰਦਾ 20 ਕਿਲੋ ਦੁੱਧ ਦੀ ਗਰੰਟੀ ਦਿੰਦੇ ਆ, ਪਰ ਬਾਈ ਕਹਿੰਦਾ ਆਪਾਂ 18 ਕਿਲੋ ਦੀ ਗਰੰਟੀ ਦੇ ਦੇਵਾਂਗੇ। ਦਿਨ ਕਿਹਨੇ ਦੱਸਿਆ ਬਾਈ? 12 ਦਿਨ ਡੇਟ ਮੁਤਾਬਕ ਕੱਚੀ ਹੈ ਆ ਵਲ ਢਿੱਲਾਂ, ਤੋਂ ਤੁਹਾਨੂੰ ਅੰਦਾਜ਼ਾ ਲੱਗਦਾ ਹੀ ਹੋਣਾ, ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂ, ਸਾਰੀ ਵਲ ਢਿੱਲ ਕੱਢ ਕੇ ਸੂਣਾ ਕਰਮ ਵਾਲੀ ਨੇ, ਸੀਲ ਸਹੂ ਫੁੱਲ ਹੈ ਆਹ, ਤੁਸੀਂ ਵੇਖ ਲਓ ਐਵੇਂ ਕੋਈ ਭੈਣ ਭਰਾ ਗਰਮ ਨਾ ਮੰਨੇ, ਉਹ ਖੜੀ ਸਾਹਮਣੇ ਬੈਠ 4 ਚੁਫੇਰੇ ਬਾਈ ਲੇਵੇ ਤੇ ਹੱਥ ਮਾਰ ਕੇ ਵਿਖਾਉਂਦਾ ਤੁਹਾਨੂੰ। ਅੱਜ ਆਈ ਕਰਕੇ ਕਰਦੀ ਹਜੇ ਇੰਨਾ ਕੁ? ਠੀਕ ਹੈ, ਹੁਣੇ ਆਈ ਆ, ਤੇਰੇ ਤੋਂ ਘੰਟਾ ਕੁ ਪਹਿਲਾਂ ਹੀ ਆਈ ਆ। ਠੀਕ ਹੈ ਬਾਈ, ਹਾਂ ਆਪਾਂ ਤਾਂ ਜੀ ਸੀਲ ਸਾਈ ਵਾਲ ਗਾਂ ਮੈਂ ਲੈਣਾ ਹੀ ਬਹੁਤ ਠੰਡੀ ਸੀ, ਕਿਉਂਕਿ ਇਹ ਠੰਡੀ ਸੀਲ ਮਿਲ ਗਈ ਤਾਂ ਮੱਝ ਆ ਗਈ। ਜਾਇਜ਼ ਜਿਹਾ ਮੁੱਲ ਬਾਈ ਇਹਦਾ ਵੀ? ਇਹਦਾ ਆਪਾਂ 57,000 ਮੁੱਲ ਕੀਤਾ ਬਈ ਵਿੱਚ, 57 ਹਾਂ ਵਿੱਚੋਂ ਮਾਣ ਤਾਣ ਥੋੜਾ ਬਹੁਤਾ ਕਰ ਦਿਆਂਗੇ। ਜਾਇਜ਼ ਜਿਹਾ ਇੱਡੀ ਮੈਂ ਲੈਣੀ ਹੁੰਦੀ ਤਾਂ ਜੀ 1.5 ਲੱਖ 2 ਦੀ ਮਿਲਦੀ ਹੈ, ਇਹ ਤਾਂ ਗੱਲ ਹੈ, ਉਨੀ ਇਹਦੀ ਫੈਂਟ ਹੋਣੀ ਹੈ, ਨਾ ਇਹ ਗਰਮੀ ਮੰਨਣੀ ਹੈ, ਨਾ ਇਹਨੂੰ ਛੇਤੀ ਕੋਈ ਬਿਮਾਰੀ ਲੱਗਦੀ ਹੈ, ਨਾ ਭਾਉਂਦੀ, ਸਾਲ ਭਰ ਨਵਾਓ ਇਹ ਲਿਬੜਦੀ ਹੈ ਇਹੋ ਜਿਹੀ। ਹਾਂ ਸਹੀ ਵੱਲ ਘੱਟ ਲਿਬੜਦੇ, ਹਾਂਜੀ ਸਕੈਨਿੰਗ ਦੇ ਨੂੰ ਲੱਗਦੀ ਨਹੀਂ। ਦੋਸਤੋ ਬਿਲਕੁਲ ਜਾਇਜ਼ ਡਿਮਾਂਡ, 18 ਕਿਲੋ ਦੁੱਧ ਦੀ ਬਾਈ ਕਹਿੰਦਾ ਗਰੰਟੀ ਹੈ, ਗੱਲ ਬਾਈ ਵਾਲੀ ਵੀ ਸਹੀ ਆ, 18 ਕਿਲੋ ਦੁੱਧ ਵਾਲੀ ਮੱਝ ਲੈਂਦੀ ਹੈ 1.5-2 ਲੱਖ ਦੀ ਆਉਂਦੀ ਆ, ਅਤੇ ਫੰਡਰ ਮੱਝ ਜਿੰਨਾ ਮੁੱਲ ਹੈ, ਵਿੱਚ ਮਾਣ ਤਾਣ ਵੀ ਬਾਈ ਕਹਿੰਦਾ ਥੋੜ੍ਹਾ ਘਣਾ ਕਰ ਦੂੰ, ਅਤੇ ਦੋ ਇੱਧਰ ਗੱਭਣ ਟੌਪ ਦੀਆਂ ਵੱਛੀਆਂ, ਟੋਟਲ 3 ਨਾਗ ਹੈ। ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ, ਜੇ ਕੋਈ ਗੱਭਣ ਮੱਛੀਆਂ ਲੈਣ ਦਾ ਚਾਹਵਾਨਾ ਤਾਂ ਅਗਲਾ ਗੱਭਣ ਲੈ ਸਕਦਾ, ਜੇ ਕੋਈ ਲਾਲ ਰੰਗ ਦੀ ਵਹਿੜ ਲੈਣੀ ਚਾਹੁੰਦਾ ਤਾਂ ਲਾਲ ਰੰਗ ਦੀ ਵਹਿੜ ਵੀ ਹੈਗੀ ਆ। 18 ਕਿਲੋ ਬਾਈ ਦੱਸਦਾ ਖੁੱਲ੍ਹਾ ਦੁੱਧ ਪਿਆਜੂ, ਫੋਨ ਨੰਬਰ ਸਕਰੀਨ 'ਤੇ ਚਲੀ ਜਾਂਦਾ, ਮੁੱਲ 3 ਨਗਾਂ ਦੇ ਜਾਇਜ਼ ਹੀ ਆ, ਮਾਣ ਤਾਣ ਬਾਈ ਵਿੱਚੋਂ ਖੁੱਲ੍ਹਾ ਕਰ ਦੂਗਾ। ਪਿੰਡ ਭੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।